ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਪੰਜਾਬੀ ਇੰਡਸਟਰੀ ਤੋਂ ਆ ਰਹੀ ਹੈ ਜੀ ਮਸ਼ਹੂਰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੇ ਬਾਰੇ ਹੁਣੇ-ਹੁਣੇ ਬੜੀ ਦੁਖਦਾਇਕ ਤੇ ਬੜੀ ਬੇਹੱਦ ਮਾੜੀ ਖਬਰ ਆ ਰਹੀ ਹੈ ਜੀ ਸੋ ਬੜੀ ਮਾੜੀ ਖਬਰ ਆ ਇਸ ਦੇ ਲਈ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਦੇ ਤੱਕ ਜ਼ਰੂਰ ਦੇਖਿਓ ਸੋ ਪੰਜਾਬੀ ਦੇ ਜਿਹੜੇ ਮਸ਼ਹੂਰ ਗਾਇਕ ਨੇ ਕੁਲਵਿੰਦਰ ਬਿੱਲਾ ਸੋ ਉਹ ਵੱਡੇ ਪੱਧਰ ਤੇ ਜਿਹੜਾ ਪੰਜਾਬ ਦੇ ਵਿੱਚ ਅੱਜ ਮਾੜਾ ਦੌਰ ਕਰੋਨਾ ਵਾਇਰਸ ਦਾ ਚੱਲ ਰਿਹਾ ਜੀ ਉਸ ਨੂੰ ਲੈ ਕੇ ਕੁਲਵਿੰਦਰ ਬਿੱਲਾ ਨੂੰ ਹੁਣੇ-ਹੁਣੇ ਮਾੜੀ ਖਬਰ ਕੁਲਵਿੰਦਰ ਬਿੱਲਾ ਦੇ ਬਾਰੇ ਆਈ ਹੈ ਜੀ ਅੱਗੇ ਵਧਣ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਬੇਨਤੀ ਹੈ ਜੀ ਵੀਡੀਓ ਨੂੰ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਉਸ ਖਬਰ ਦੀ ਸ਼ੁਰੂਆਤ ਕਰਦੇ ਹਾਂ ਜੀ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਵੱਡੇ ਪੱਧਰ ਤੇ ਪੈਰ ਪਸਾਰ ਰਿਹਾ ਜੀ ਆਏ ਦਿਨ ਕਈ ਨਵੇਂ ਮਾਮਲੇ ਵੱਡੀ ਗਿਣਤੀ ਦੇ ਵਿੱਚ ਸਾਹਮਣੇ ਆ ਰਹੇ ਹਨ ਹਾਲ ਹੀ ਦੇ ਵਿੱਚ ਖਬਰ ਮੇਰੀ ਹੈ ਕਿ ਸੰਗੀਤ ਜਦ ਜਗਤ ਅਤੇ ਪੰਜਾਬੀ ਫਿਲਮ ਉਦਯੋਗ ਦੇ ਪ੍ਰਸਿੱਧ ਅਦਾਕਾਰ ਕੁਲਵਿੰਦਰ ਬਿੱਲਾ ਕਰੋਨਾ ਦੀ ਚਪੇਟ ਚ ਆ ਗਏ ਹਨ ਜੀ ਹਾਂ ਕੁਲਵਿੰਦਰ ਬਿੱਲਾ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈਆ ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਵਿੱਚ ਖਲਬਲੀ ਮਚ ਗਈ ਆ ਦੱਸ ਦਈਏ ਕਿ ਆਏ ਦਿਨੀ ਫਿਲਮੀ ਸਟਾਰੇ ਵੱਡੀ ਗਿਣਤੀ ਦੇ ਵਿੱਚ ਕਰੋਨਾ ਦੀ ਚਪੇਟ ਚ ਆ ਰਹੇ ਹਨ ਜਦੋਂ ਕਿ ਪੰਜਾਬ ਵੈਦਰ ਟੂਡੇ ਦੀ ਟੀਮ ਵੱਲੋਂ ਉਹਨਾਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸ੍ਰੀ ਕੁਲਵਿੰਦਰ ਬਿੱਲਾ ਸਰੀਰ ਦਾ ਦਰਦ ਚੈੱਕਅਪ ਕਰਾਉਣ ਦੇ ਲਈ ਹਸਪਤਾਲ ਗਏ ਸਨ ਜਿਸ ਤੋਂ ਬਾਅਦ ਉਹਨਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸ਼ੁਰੂਆਤੀ ਰਿਪੋਰਟਾਂ ਦੇ ਮੁਤਾਬਕ ਉਹ ਕੋਰੋਨਾ ਦੇ ਨਾਲ ਪੋਜ਼ਿਟਿਵ ਪਾਏ ਗਏ ਹਨ ਸੋ ਚਾਈਨਿਸ ਵਾਇਰਸ ਆ ਜੀ ਕੋਰੋਨਾ ਨੇ ਸਾਰੀ ਦੁਨੀਆ ਦੇ ਵਿੱਚ ਹਾਹਾਕਾਰ ਜਿਹੜੀ ਮਚਾ ਰੱਖੀ ਹੈ ਜੀ ਇਸ ਦੀ ਚਪੇਟ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆ ਰਹੇ ਹਨ ਹਜ਼ਾਰਾਂ ਲੋਕ ਇਸ ਦੀ ਵਜ੍ਹਾ ਦੇ ਨਾਲ ਹਰ ਰੋਜ਼ ਮਰ ਰਹੇ ਹਨ ਜੀ ਇੰਡੀਆ ਦੇ ਵਿੱਚ ਵੀ ਇਸ ਨੇ ਆਪਣੇ ਪੂਰੀ ਤਰ੍ਹਾਂ ਪੈਰ ਪਸਾਰ ਲਏ ਹਨ ਤੇ ਵੱਡਾ ਕੀ ਤੇ ਛੋਟਾ ਹਰ ਕੋਈ ਕਰੋਨਾ ਵਾਇਰਸ ਦੀ ਚਪੇਟ ਦੇ ਵਿਚ ਆ ਰਿਹਾ ਜੀ ਹੁਣੇ-ਹੁਣੇ ਜਿਹੜੇ ਪੰਜਾਬੀ ਦੇ ਮਸ਼ਹੂਰ ਗਾਇਕ ਕੁਲਵਿੰਦਰ ਬਿੱਲਾ ਜਿਨ੍ਹਾਂ ਦਾ ਪੰਜਾਬੀ ਇੰਡਸਟਰੀ ਦੇ ਵਿੱਚ ਕਾਫੀ ਨਾਂ ਚੱਲਦਾ ਹੈ ਉਹਨਾਂ ਦੇ ਬਾੜੇ ਜਿਹੜੀ ਬੇਹੱਦ ਮਾੜੀ ਖਬਰ ਹੈ ਕਿ ਕਰੋਨਾ ਵਾਇਰਸ ਨੇ ਉਹਨਾਂ ਨੂੰ ਵੀ ਆਪਣੀ ਲਪੇਟ ਦੇ ਵਿੱਚ ਲੈ ਲਿਆ ਸੋ ਪੰਜਾਬ ਵੈਦਰ ਟੂਡੇ ਅਦਾਰਾ ਤੇ ਸਾਰੀ ਟੀਮ ਉਹਨਾਂ ਦੀ ਸਿਹਤਯਾਬੀ ਦੇ ਲਈ ਪਰਮਾਤਮਾ ਦੇ ਅੱਗੇ ਅਰਦਾਸ ਕਰਦੀ ਆ। ਸ਼ਰੋਤੇ ਵੀਰੋ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਕੁਲਵਿੰਦਰ ਬਿੱਲੇ ਦੀ ਸਿਹਤ ਦੇ ਲਈ ਅਰਦਾਸ ਜ਼ਰੂਰ ਕਰਿਓ ਜੇਕਰ ਤੁਸੀਂ ਉਹਨਾਂ ਨੂੰ ਪਸੰਦ ਕਰਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ 'ਚ ਆਪਾਂ ਹੋਰ ਨਵੀਂ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ।